ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ 1982 ਤੋਂ ਇਮਤਿਹਾਨ ਲਏ ਜਾ ਰਹੇ ਨੇ, ਜਿੱਥੇ ਵਿਦਿਕ ਅਦਾਰਿਆਂ ਦੇ ਵਿੱਚ ਹੋਰ ਕਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ, ਉੱਥੇ ਇਮਤਿਹਾਨ ਵੀ ਇਹਨਾਂ ਗਤੀਵਿਧੀਆਂ ਦਾ ਅਹਿਮ ਅੰਗ ਹੈ। ਤੋ 1982 ਤੋਂ ਜੋ ਸ਼ੁਰੂ ਕੀਤੇ ਗਏ ਗੁਰਤ ਇਮਤਿਹਾਨ, ਇਸ ਸਾਲ 22 ਅਗਸਤ 2024 ਦਿਨ ਵੀਰਵਾਰ ਸਵੇਰੇ 10 ਤੋਂ 1 ਵਜੇ ਤੱਕ ਪ੍ਰਾਇਮਰੀ ਤੋਂ 12ਵੀਂ ਤੱਕ ਦੇ ਸਕੂਲਾਂ ਦੇ ਵਿਦਿਆਰਥੀਆਂ ਦਾ ਇਹ ਇਮਤਿਹਾਨ ਸਾਰੀ ਦੁਨੀਆ ਦੇ ਵਿੱਚ ਲਿਆ ਜਾ ਰਿਹਾ ਹੈ। ਤੋ ਮੇਰੀ ਸਨਿਮਰ ਬੇਨਤੀ ਹੈ ਕਿ ਸਾਰੇ ਪ੍ਰਿੰਸੀਪਲ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਮੂਹ ਸੇਵਾਦਾਰ ਇਸ ਕਾਰਜ ਦੇ ਲਈ ਹੁਣ ਤੋਂ ਹੀ ਜੁੱਟ ਜਾਣ, ਤਾਂ ਕਿ ਸਮੇਂ ਸਿਰ ਸਾਰੀ ਤਿਆਰੀ ਕਰਕੇ ਅਤੇ ਇਹ ਜੋ ਲੱਖਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਇਸ ਇਮਤਿਹਾਨ ਵਿੱਚ ਸ਼ਾਮਿਲ ਹੁੰਦੇ ਨੇ, ਉਹ ਬੜੇ ਸੋਹਣੇ ਢੰਗ ਦੇ ਨਾਲ ਇਮਤਿਹਾਨ ਲਿਆ ਜਾਏ। ਇਮਤਿਹਾਨ ਤੋਂ ਬਾਅਦ ਜਿਹੜੇ ਵਿਦਿਆਰਥੀ ਅਵਲ ਨੰਬਰ 'ਤੇ ਆਉਂਦੇ ਨੇ ਉਹਨਾਂ ਨੂੰ ਮਾਣ ਸਨਮਾਨ ਦਿੱਤੇ ਜਾਂਦੇ ਨੇ, ਸਰਟੀਫਿਕੇਟ ਦਿੱਤੇ ਜਾਂਦੇ ਨੇ। ਨੈਤਿਕ ਸਿੱਖਿਆ ਇਮਤਿਹਾਨ ਬਾਰੇ ਕੁਝ ਲਾਈਨਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਿਹਾ ਹਾਂ। ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਕੱਚੀ ਉਮਰ ਹੈ ਹੁੰਦੀ ਵਿਦਿਆਰਥੀ ਦੀ ਤੇ ਘੜਨੀ ਸੋਚ ਹੈ ਆਪਾਂ ਘੁਮਿਆਰ ਵਾਂਗੂ ਭੱਠੀ ਵਿੱਚ ਪਾ ਕੇ ਕੁੰਦਨ ਵਾਂਗ ਕਰਨਾ, ਕਿਸੇ ਸੁਗੜ ਸਿਆਣੇ ਸੁਨਿਆਰ ਵਾਂਗੂ ਇਹਨਾਂ ਦੀ ਸਾਈਕੋਲੋਜੀ ਸਮਝ ਕੇ ਤੇ ਇਕੱਠੇ ਰੱਖਣੇ ਗਲੇ ਦੇ ਹਾਰ ਵਾਂਗੂ, ਨੈਤਿਕ ਸਿੱਖਿਆ ਨਾਲ ਸ਼ਿੰਗਾਰ ਕੇ ਤੇ ਖਿੜਿਆ ਰੱਖਣਾ ਖਿੜੀ ਗੁਲਜ਼ਾਰ ਵਾਂਗੂ। ਤੋ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਹਦੀ ਚਰਚਾ ਅੱਜ ਸਾਰੇ ਜਹਾਨ ਅੰਦਰ ਭਲਾ ਸਦਾ ਸਰਬੱਤ ਦਾ ਮੰਗਦਾ ਏ, ਰੱਬੀ ਜੋਤ ਹੈ ਹਰ ਇਨਸਾਨ ਅੰਦਰ, ਸੇਵਾ ਕਰ ਰਹੇ ਸਾਰੇ ਨਿਸ਼ਕਾਮ ਸੇਵਕ ਤੇ ਜਜ਼ਬਾ ਸੇਵਾ ਦਾ ਹੈ ਮਹਾਨ ਅੰਦਰ, 52 ਸਾਲਾਂ ਤੋਂ ਚੱਲ ਰਿਹਾ ਕਾਫਲਾ ਏ ਇੱਕ ਦੂਜੇ ਦੀ ਜਿੰਦ ਤੇ ਜਾਨ ਅੰਦਰ, 52 ਸਾਲਾਂ ਤੋਂ ਚੱਲ ਰਿਹਾ ਕਾਫਲਾ ਏ ਇੱਕ ਦੂਜੇ ਦੀ ਜਿੰਦ ਤੇ ਜਾਨ ਅੰਦਰ। ਸਰਕਲ ਵੱਲੋਂ ਸਭ ਵਿਦਿਅਕ ਅਦਾਰਿਆਂ 'ਚ ਨੈਤਿਕ ਸਿੱਖਿਆ ਬਾਰੇ ਇਮਤਿਹਾਨ ਹੁੰਦਾ, ਪ੍ਰੀਖਿਆ ਦੀ ਤਿਆਰੀ ਹੈ ਉਹ ਕਰਦਾ ਜਿਹੜਾ ਧੁਰ ਅੰਦਰੋਂ ਚਾਹਵਾਨ ਹੁੰਦਾ। ਸਿਲੇਬਸ ਵਿੱਚ ਜੋ ਪੁਸਤਕਾਂ ਲੱਗੀਆਂ ਨੇ ਸਭ ਦਾ ਪੜ੍ਹਨ ਦੇ ਵੱਲ ਧਿਆਨ ਹੁੰਦਾ, ਸ਼ਾਮਲ ਹੁੰਦੇ ਵਿਦਿਆਰਥੀ ਨੇ ਲੱਖਾਂ ਤੇ ਚਰਚਾ ਇਸ ਦਾ ਵਿੱਚ ਜਹਾਨ ਹੁੰਦਾ, ਸ਼ਾਮਲ ਹੁੰਦੇ ਵਿਦਿਆਰਥੀ ਨੇ ਲੱਖਾਂ ਚਰਚਾ ਇਸ ਦਾ ਵਿੱਚ ਜਹਾਨ ਹੁੰਦਾ।
1982 ਵਿੱਚ ਸ਼ੁਰੂ ਹੋਇਆ, 1982 ਵਿੱਚ ਸ਼ੁਰੂ ਹੋਇਆ ਇਹ ਇਮਤਿਹਾਨ। ਹੁਣ ਤਾਂ ਹਰ ਇੱਕ ਸਾਲ ਹੁੰਦਾ, ਸੈਂਟਰ ਬਣਦੇ ਨੇ ਵਿਦਿਅਕ ਅਦਾਰਿਆਂ 'ਚ, ਦੇਸ਼ ਵਿਦੇਸ਼ 'ਚ ਦਾਇਰਾ ਵਿਸ਼ਾਲ ਹੁੰਦਾ, ਲੱਗੀ ਸੇਵਾ ਨੇ ਸੇਵਕ ਨਿਸ਼ਕਾਮ ਕਰਦੇ, ਹਰ ਇੱਕ ਇੰਤਜ਼ਾਮ ਸੋਹਣਾ ਨਾਲੋ ਨਾਲ ਹੁੰਦਾ। ਪ੍ਰਿੰਸੀਪਲ ਪ੍ਰੋਫੈਸਰ ਅਧਿਆਪਕਾਂ ਦਾ ਪ੍ਰੀਖਿਆ ਵੱਲ ਹੀ ਪੂਰਾ ਖਿਆਲ ਹੁੰਦਾ। ਤੋ ਸਿਲੇਬਸ ਵਿੱਚ ਨੇ ਪੁਸਤਕਾਂ 3 ਲੱਗੀਆਂ, ਸਿਲੇਬਸ ਵਿੱਚ ਨੇ ਪੁਸਤਕਾਂ 3 ਲੱਗੀਆਂ, ਦੱਸ ਰਹੀ ਵਿਰਸਾ ਤੇ ਨਾਲ ਇਤਿਹਾਸ ਪੁਸਤਕ। ਬਾਲ ਵਿਰਸਾ ਹੈ ਪੁਸਤਕ ਪ੍ਰਾਇਮਰੀ ਲਈ ਤੇ ਮਿਡਲ ਕਲਾਸਾਂ ਦੇ ਲਈ, ਗੁਣਤਾਸ ਪੁਸਤਕ ਮਾਰਗ ਮੋਤੀ ਹੈ 9ਵੀਂ ਤੋਂ 12ਵੀਂ ਲਈ, ਹਰ ਇੱਕ ਦਰਜੇ ਦੇ ਲਈ ਹੈ ਖਾਸ ਪੁਸਤਕ। ਬੜੀ ਮਿਹਨਤ ਦੇ ਨਾਲ ਤਿਆਰ ਹੋਈਆਂ ਤੇ ਹਰ ਇੱਕ ਪੱਖ ਤੋਂ ਹੋਈ ਹਰ ਪਾਸ ਪੁਸਤਕ, ਬੜੀ ਮਿਹਨਤ ਦੇ ਨਾਲ ਤਿਆਰ ਹੋਈਆਂ ਹਰ ਇੱਕ ਪੱਖ ਤੋਂ ਹੋਈ ਹਰ ਪਾਸ ਪੁਸਤਕ। ਸਕੂਲਾਂ ਵਿੱਚ ਜੋ ਪੜ੍ਹਦੇ ਵਿਦਿਆਰਥੀ ਨੇ, ਸਕੂਲਾਂ ਵਿੱਚ ਜੋ ਪੜ੍ਹਦੇ ਵਿਦਿਆਰਥੀ ਨੇ, 22 ਅਗਸਤ ਨੂੰ ਇਹ ਇਮਤਿਹਾਨ ਹੋਣਾ, 22 ਜੁਲਾਈ ਹੈ ਅੰਤਮ ਤਰੀਕ ਇਸ ਦੀ, ਦਸਤਾਵੇਜ਼ ਹਰ ਇੱਕ ਪ੍ਰਵਾਨ ਹੋਣਾ, ਕਿਤਾਬਾਂ ਪੜ੍ਹਨਗੇ ਜਿਹੜੇ ਵੀ ਦਿਲ ਲਾ ਕੇ, ਉਹਨਾਂ ਤਾਈਂ ਹੀ ਨੈਤਿਕ ਗਿਆਨ ਹੋਣਾ, ਅਵਲ ਨੰਬਰ ਤੇ ਆਉਣਗੇ ਜੋ ਬੱਚੇ, ਬੜਾ ਉਹਨਾਂ ਦਾ ਮਾਣ ਸਨਮਾਨ ਹੋਣਾ, ਅਵਲ ਨੰਬਰ ਤੇ ਆਉਣਗੇ ਜੋ ਬੱਚੇ, ਬੜਾ ਉਹਨਾਂ ਦਾ ਮਾਣ ਸਨਮਾਨ ਹੋਣਾ। ਇਮਤਿਹਾਨ ਦੀਆਂ ਤਿਆਰੀਆਂ ਚੱਲ ਰਹੀਆਂ, ਇਮਤਿਹਾਨ ਦੀਆਂ ਤਿਆਰੀਆਂ ਚੱਲ ਰਹੀਆਂ, ਯੋਗਦਾਨ ਆਪਣਾ ਇਸ ਵਿੱਚ ਪਾਓ ਸਾਰੇ, ਇਸ ਦੇ ਬਾਰੇ ਵਿੱਚ ਸਭ ਨੂੰ ਦੱਸ ਦੱਸ ਕੇ ਆਪੋ ਆਪਣਾ ਫਰਜ਼ ਨਿਭਾਓ ਸਾਰੇ। ਨੇੜੇ ਤੇੜੇ ਦੇ ਵਿਦਿਅਕ ਅਦਾਰਿਆਂ 'ਚ ਵਿਦਿਆਰਥੀ ਵਰਗ ਨੂੰ ਜਾਣੂ ਕਰਵਾਓ ਸਾਰੇ, ਨੈਤਿਕ ਸਿੱਖਿਆ ਦਿਵਾ ਕੇ ਸਭ ਤਾਈਂ ਜੀਵਨ ਜਿਉਣ ਦੀ ਜਾਂਚ ਸਿਖਾਓ ਸਾਰੇ, ਨੈਤਿਕ ਸਿੱਖਿਆ ਦਿਵਾ ਕੇ ਸਭ ਤਾਈਂ ਜੀਵਨ ਜਿਉਣ ਦੀ ਜਾਂਚ ਸਿਖਾਓ ਸਾਰੇ। ਤੋ ਆਖਰੀ ਗੱਲ ਕਿ ਵਾਗ ਡੋਰ ਸੰਭਾਲਣੀ ਜਿਨ੍ਹਾਂ ਅੱਗੋਂ, ਆ ਵਾਗ ਡੋਰ ਸੰਭਾਲਣੀ ਜਿਨ੍ਹਾਂ ਅੱਗੋਂ, ਨੈਤਿਕ ਗੁਣਾਂ ਦੇ ਨਾਲ ਭਰਪੂਰ ਕਰੀਏ, ਚੰਗੀ ਚਣਗ ਲਗਾ ਕੇ ਸ਼ੁਰੂ ਤੋਂ ਹੀ ਜੀਵਨ ਇਹਨਾਂ ਦਾ ਨੂਰੋ ਨੂਰ ਕਰੀਏ, ਘੁਣ ਵਾਂਗ ਸਮਾਜ ਨੂੰ ਖਾ ਰਹੇ ਜੋ ਭੈੜੇ ਨਸ਼ਿਆਂ ਤੋਂ ਇਹਨਾਂ ਨੂੰ ਦੂਰ ਕਰੀਏ, ਆ ਜਾਚਕ ਸੁਖੀ ਸਮਾਜ ਦੀ ਸਿਰਜਣਾ ਲਈ
ਆਪਾਂ ਕੁਝ ਨਾ ਕੁਝ ਜਰੂਰ ਕਰੀਏ ਜਾਚਕ ਸੁਖੀ ਸਮਾਜ ਦੀ ਸਿਰਜਣਾ ਲਈ, ਆਪਾਂ ਕੁਝ ਨਾ ਕੁਝ ਜਰੂਰ ਕਰੀਏ, ਆਪਾਂ ਕੁਝ ਨਾ ਕੁਝ ਜਰੂਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।